ਕਰਨ ਪੁੱਤਰ ਮੈਂ ਤੈਨੂੰ ਤਾਂ ਕਰਕੇ ਬੁਲਾਇਆ ਸੀ ਅੱਜ ਸ਼ਾਮ ਨੂੰ ਘਰ ਵਿੱਚ ਪੂਜਾ ਰੱਖੀ ਹੈ ਤਾਂ ਛੋਟੀ ਬੱਚੀ ਦੇ ਨਾਮ ਕਰਨ ਦੀ ਬੁਆ ਜੀ ਤੁਸੀਂ ਇੱਕਦਮ ਹੀ ਰੱਖ ਲਈ ਦੱਸਿਆ ਵੀ ਨਹੀਂ ਤੈਨੀ ਛੇਤੀ ਅਸੀਂ ਤਿਆਰੀਆਂ ਕਿੱਥੋਂ ਕਰਾਂਗੇ ਉਹ ਤਿਆਰੀਆਂ ਵੀ ਹੋ ਜਾਣਗੀਆਂ ਤੂੰ ਫਿਕਰ ਨਾ ਕਰ ਮੇਰੀ ਨਾ ਪੰਡਤ ਨਾਲ ਗੱਲ ਚੱਲ ਰਹੀ ਸੀ ਤਾਂ ਉਹਨੇ ਕਿਹਾ ਕਿ ਅੱਜ ਦੇ ਦਿਨ ਗ੍ਰਹਿ ਵੀ ਬਹੁਤ ਸ਼ੁਭ ਨੇ ਤੇ ਦਿਨ ਵੀ ਬੜਾ ਸ਼ੁਭ ਹੈ ਤੇ ਸ਼ੁਭ ਕੰਮ ਸ਼ੁਭ ਦਿਨ ਤੇ ਸਹੀ ਟਾਈਮ ਤੇ ਹੋ ਜੇ ਆਪਾਂ ਨੂੰ ਹੋਰ ਕੀ ਚਾਹੀਦਾ ਇਸੇ ਕਰਕੇ ਪੁੱਤ ਮੈਂ ਅੱਜ ਹੀ ਪੂਜਾ ਰੱਖ ਦਿੱਤੀ ਇੰਨੇ ਸਾਲਾਂ ਬਾਅਦ ਇਸ ਘਰ ਨੂੰ ਖੁਸ਼ੀ ਨਸੀਬ ਹੋਈ ਇੱਕ ਬੱਚਾ ਨਿਆਣਾ ਆਇਆ ਆਪਣੇ ਘਰ ਤੇ ਮੈਨੂੰ ਬੜਾ ਹੀ ਚਾਅ ਸੀ ਉਹਦੇ ਨਾਂ ਦਾ ਆਪਾਂ ਜ਼ਿਆਦਾ ਇਕੱਠ ਨਹੀਂ ਕਰਾਂਗੇ ਬਸ ਖਾਸ ਖਾਸ ਦੋ ਚਾਰ ਰਿਸ਼ਤੇਦਾਰ ਬੁਲਾ ਲਾਂਗੇ ਨਾਲ ਨਾ ਪੁੱਤ ਆ ਮੈਂ ਨਾਲ ਦੇ ਘਰ ਭੱਜ ਕੇ ਗੁਆਂਢੀਆਂ ਨੂੰ ਕਹਿਆ ਵਾ ਵੱਡਾ ਫੰਕਸ਼ਨ ਪੁੱਤ ਆਪਾਂ ਬਾਅਦ ਚ ਕਰ ਲਾਂਗੇ ਜਦੋਂ ਮੇਰੀ ਪੋਤੀ ਦਾ ਨਾਮਕਰਨ ਹੋ ਜਾਊਗਾ ਠੀਕ ਹੈ ਪੁਆ ਜੀ ਜਿਵੇਂ ਤੁਹਾਨੂੰ ਠੀਕ ਲੱਗਦਾ ਤੇ ਬਾਹਰੋਂ ਜੇ ਕੁਛ ਮੰਗਾਉਣਾ ਹੋਵੇ ਤੇ ਤੁਸੀਂ ਮੈਨੂੰ ਦੱਸ ਦੇਣਾ ਡਰਾਈਵਰ ਨੂੰ ਭੇਜ ਕੇ ਮੰਗਾ ਦਿਆਂਗਾ ਮੇਰਾ ਤਾਂ ਜਾਣਾ ਥੋੜਾ ਔਖਾ ਹੀ ਹੈ ਅੱਜ ਬੜੇ ਕੰਮ ਨੇ ਕੀ ਹੋ ਗਿਆ ਕੁੜੀਏ ਤੈਨੂੰ ਤੂੰ ਠੀਕ ਹੈ ਨਾ ਮੋਨਾ ਨਹੀਂ ਮੂੰਹੋਂ ਕੁਛ ਬੋਲ ਨਾ ਦੱਸਦੀ ਕਿਉਂ ਨਹੀਂ ਲੱਗਦਾ ਘਰ ਦੇ ਕੰਮਾਂ ਵਿੱਚ ਨਾ ਮੇਰੇ ਸਟਿਚਸ ਖਿੱਚ ਗਏ ਨੇ ਸੋਜਾ ਆਇਆ ਪਿਆ ਬੜੀ ਜ਼ਿਆਦਾ ਦਰਦ ਹੋ ਰਹੀ ਹੈ ਨਾ ਘਰ ਦਾ ਕੰਮ ਕਰਨ ਨੂੰ ਤੈਨੂੰ ਪੰਡਤ ਨੇ ਕਹਾ ਦੱਸਿਆ ਸੀ ਘਰ ਵਿੱਚ ਕੰਮ ਕਰਨ ਵਾਲੇ ਥੋੜੇ ਨੇ ਨੌਕਰ ਚਾਕਰ ਆ ਪਾਵਨੀ ਆ ਸਿਮਰਨ ਆ ਤੂੰ ਕਿਸੇ ਨੂੰ ਕਹਿ ਦਿੰਦੀ ਅੱਗੇ ਤੋਂ ਕਹਿ ਦਿਆ ਕਰਾਂਗੇ ਪਰ ਹੁਣ ਤਾਂ ਮੈਨੂੰ ਡਾਕਟਰ ਕੋਲ ਜਾਣਾ ਪੈਣਾ ਨਾ ਕਿਤੇ ਜ਼ਿਆਦਾ ਦੇਰ ਹੋ ਗਈ ਤੇ ਟਾਂਗੇ ਪੱਕ ਨਾ ਜਾਣ ਹਾਂ ਹਾਂ ਮੋਨਾ ਡਾਕਟਰ ਨੂੰ ਤਾਂ ਦਿਖਾਣਾ ਹੀ ਚਾਹੀਦਾ ਹੈ ਤੂੰ ਜਾ ਪਿੱਛੋਂ ਬੱਚੀ ਦਾ ਖਿਆਲ ਮੈਂ ਆਪੇ ਰੱਖ ਲਵਾਂਗੀ ਹਾਲੇ ਉਹਨੂੰ ਹਸਪੀਟਲ ਲੈ ਜਾਣਾ ਨਾ ਠੀਕ ਨਹੀਂ ਹੈਗਾ ਡੇਂਗੂ ਮਲੇਰੀਆ ਦੀ ਕਿੰਨੀ ਖਬਰਾਂ ਸੁਣਨ ਨੂੰ ਮਿਲ ਰਹੀਆਂ ਤੇ ਨਾਲੇ ਹਸਪੀਟਲ ਜਾਣ ਵਿੱਚ ਇਨਫੈਕਸ਼ਨ ਦਾ ਵੀ ਤਾਂ ਖਤਰਾ ਹੈ ਤੂੰ ਸਹੀ ਕਿਹਾ ਪਾਵਨੀ ਬੱਚੀ ਨੂੰ ਤੇਰੀ ਬਹੁਤ ਲੋੜ ਹੈ ਨਾਲੇ ਉਹ ਤੇਰਾ ਹੱਥ ਸਿਆਣਦੀ ਹੈ ਕਿਸੇ ਕੋਲੋਂ ਚੁੱਪ ਨਹੀਂ ਕਰਦੀ ਆ ਤਾਂ ਠੀਕ ਹੈ ਮੋਨਾ ਡਰਾਈਵਰ ਨਾਲ ਚਲੀ ਜਾਊਗੀ ਮੈਂ ਆਪਣੀ ਗੱਡੀ ਆਪ ਹੀ ਡਰਾਈਵ ਕਰਕੇ ਚਲਾ ਜਾਊਂਗਾ ਕਿਹੋ ਜੀਆਂ ਗੱਲਾਂ ਕਰੀ ਜਾਣਾ ਕਰਨ ਪੁੱਤਰ ਮੋਨਾ ਦਰਦ ਨਾਲ ਘਰ ਲਾ ਰਹੀ ਹੈ ਤਾਂ ਤੂੰ ਕਹਿੰਦੇ ਡਰਾਈਵਰ ਨੂੰ ਭੇਜ ਦੇਣੇ ਨਾ ਰਸਤੇ 'ਚ ਜੇ ਇਹਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਤਾਂ ਫਿਰ ਇਹਨੂੰ ਡਰਾਈਵਰ ਸੰਭਾਲੂਗਾ ਤੇ ਸਾਡੇ ਕੋਲ ਹੋਰ ਆਪਸ਼ਨ ਕੀ ਹੈ ਪਾਵਨੀ ਨੂੰ ਗੱਡੀ ਚਲਾਉਣੀ ਤੇ ਆਉਂਦੀ ਹੈ ਪਰ ਉਹ ਬੱਚੀ ਨਾਲ ਇੱਥੇ ਰੁਕ ਰਹੀ ਹੈ ਤੇ ਡਰਾਈਵਰ ਦਾ ਹੀ ਆਪਸ਼ਨ ਹੈ ਮੈਂ ਤੇ ਆਪ ਹੀ ਚਲੇ ਜਾਣਾ ਨਾ ਤੂੰ ਆਪ ਕਿਉਂ ਨਹੀਂ ਲੈ ਜਾਂਦਾ ਕਰਨ ਪੁੱਤਰ ਨਾਲੇ ਇਹਦਾ ਸਾਥ ਹੋ ਜਾਊਗਾ ਨਾਲੇ ਦੇਖ ਇਹਦੇ ਕਿੰਨੀ ਜ਼ਿਆਦਾ ਦਰਦ ਹੋ ਰਹੀ ਹੈ ਮੈਂ ਕਿਵੇਂ ਜਾ ਸਕਦਾ ਮੈਂ ਤੁਹਾਨੂੰ ਦੱਸਿਆ ਨਾ ਮੈਨੂੰ ਬੜੇ ਕੰਮ ਨੇ ਵਾਹ ਕਰਨ ਪੁੱਤਰ ਵਾਹ ਉਹਨੇ ਤੈਨੂੰ ਬੇਟੀ ਜੰਮ ਕੇ ਦਿੱਤੀ ਤੇਰਾ ਪਿਓ ਬਣਨ ਦਾ ਸੁਪਨਾ ਪੂਰਾ ਕੀਤਾ ਤੇਰੇ ਪਿੱਛੇ ਆਪਣਾ ਢਿੱਡ ਚਰਵਾਇਆ ਤੇ ਤੂੰ ਕਹਿ ਰਿਹਾ ਮੈਂ ਤੈਨੂੰ ਡਾਕਟਰ ਕੋਲੇ ਨਹੀਂ ਲੈ ਕੇ ਜਾ ਸਕਦਾ ਨਹੀਂ ਕਰਨ ਪੁੱਤਰ ਮੇਰਾ ਕਰਨ ਪੁੱਤਰ ਤੇ ਖਰਾਣਿਆਂ ਦਾ ਖੂਨ ਇੰਨਾ ਮਤਲਬੀ ਨਹੀਂ ਹੋ ਸਕਦਾ ਭੂਆ ਜੀ ਠੀਕ ਕਹਿ ਰਹੇ ਨੇ ਕਰਨ ਜੀ ਤੁਸੀਂ ਮੋਨਾ ਨੂੰ ਆਪਣੇ ਨਾਲ ਹਸਪੀਟਲ ਲੈ ਜਾਓ ਨਾ ਆਫਿਸ ਫੋਨ ਕਰਕੇ ਕਹਿ ਦੇਣਾ ਕਿ ਘਰ ਵਿੱਚ ਕੋਈ ਐਮਰਜੈਂਸੀ ਆ ਗਈ ਸੀ ਠੀਕ ਹੈ ਮੈਂ ਲੈ ਜਾਣਾ ਆ ਕੀ ਕਰੀ ਜਾਨੀ ਪਾਵਨੀ ਦੁਪਹਿਰੇ ਤਿਆਰੀ ਕਰਨੀ ਆ ਪੁਆ ਜੀ ਓਹੋ ਉਹ ਦੁਪਹਿਰੇ ਨੂੰ ਛੱਡ ਤੂੰ ਦੋ ਹੀ ਤਾਂ ਜਾਣੀ ਆ ਆਪਾਂ ਘਰ ਚ ਕੁਝ ਖਾਣ ਨੂੰ ਬਾਹਰੋਂ ਮੰਗਾ ਲਾਂਗੇ ਤੂੰ ਸ਼ਾਮ ਦੀ ਤਿਆਰੀ ਕਰ ਪੂਜਾ ਦੀ ਪ੍ਰਸ਼ਾਦ ਤਾਂ ਬਣਨਾ ਹੀ ਬਣਨਾ 11 ਭੋਜ ਬਣਨੇ ਨੇ ਹੋਰ 11 ਭੋਜ ਇਹ ਤਾਂ ਕੁਝ ਜ਼ਿਆਦਾ ਨਹੀਂ ਹੈ ਪੁਆ ਜੀ ਚੁੱਪ ਕਰਨੀ ਐਵੇਂ ਨਾ ਨਹੀਂ ਕਰੀ ਦੀ ਮਾਤਾ ਰਾਣੀ ਦੇ ਕੰਮਾਂ ਵਿੱਚ ਨੰਨਾ ਨਹੀਂ ਪਾਈਦਾ ਨਾਲੇ ਇਸ ਬੱਚੀ ਦੀ ਮਾਂ ਤੂੰ ਏ ਇਹ ਸਾਰਾ ਕੰਮ ਤੂੰ ਕੱਲੀ ਨਹੀਂ ਕਰਨਾ ਮੈਂ ਕੱਲੀ ਨੇ ਪੁਆ ਜੀ ਇਹ ਕੰਮ ਤਾਂ ਬਹੁਤ ਜ਼ਿਆਦਾ ਹੋ ਜਾਣਾ ਮੈਂ ਕੱਲੀ ਕਿਵੇਂ ਕਰਾਂਗੀ ਨਾਲੇ ਛੁਟਕੂ ਨੂੰ ਵੀ ਸਕੂਲ 'ਚ ਲੈ ਕੇ ਆਣਾ ਇੰਨੀ ਛੇਤੀ ਕਿਵੇਂ ਹੋਊਗਾ ਇਹ ਸਾਰਾ ਕੁਝ ਤੇ ਹਾਂ ਨਾਲੇ ਸੱਚ ਹਵਨ ਕੋਟ ਤਾਂ ਧਵਾ ਲਿਆ ਨਾ ਤੂੰ ਤੇ ਨਾਲੇ ਆ ਸਮੱਗਰੀ ਸਾਰੀ ਜਿਵੇਂ ਫਲ ਫੁੱਲ ਤੇ ਦੇਸੀ ਘਿਓ ਹੋਰ ਜੋ ਵੀ ਆ ਨਿਕ ਚੁੱਕ ਹੈਗਾ ਨਾ ਘਰ 'ਚ ਪਿਛਲੀ ਵਾਰ ਜਦੋਂ ਪੂਜਾ ਹੋਈ ਸੀ ਤਾਂ ਉਹਦੇ ਵਿੱਚ ਕੁਮਕੁਮ ਤੇ ਲੁਬਾਨ ਮੁੱਕ ਗਿਆ ਸੀ ਤਾਂ ਉਹ ਲਾਣਾ ਪੈਣਾ ਤੇ ਨਾਲੇ ਫਲ ਫੁੱਲ ਵੀ ਫਰੈਸ਼ ਹੀ ਲਾਣੇ ਪੈਣੇ ਨੇ ਕੋਈ ਨਹੀਂ ਜਦੋਂ ਮੈਂ ਛੁਟਕੂ ਨੂੰ ਸਕੂਲ ਲੈਣ ਜਾਵਾਂਗੀ ਨਾ ਤਾਂ ਆਉਂਦੇ ਹੋਏ ਲੈ ਆਵਾਂਗੀ ਇਹ ਸਾਰਾ ਕੁਝ ਨਾ ਨਾ ਤੇਰੇ ਕੋਲ ਟਾਈਮ ਕਿੱਥੇ ਤੂੰ ਆ ਰਸੋਈ ਚੋਂ ਬਾਹਰ ਨਾ ਜਾਈ ਮੈਂ ਆਪੇ ਲੈ ਆਉਂਗੀ ਸਾਰਾ ਕੁਝ ਨਾਲੇ ਦੱਸ ਦੇ ਵੀ ਹੋਰ ਕੀ ਲਿਆਉਣ ਵਾਲਾ ਚੰਗਾ ਹੇ ਮਾਤਾ ਰਾਣੀ ਇੰਨਾ ਸਾਰਾ ਕੁਝ ਮੈਂ ਕੱਲੀ ਕਿਵੇਂ ਬਣਾਵਾਂਗੀ ਉਹ ਵੀ ਸ਼ਾਮ ਤੋਂ ਪਹਿਲਾਂ ਪਹਿਲਾਂ ਹੋਰ ਮੈਂ ਤਾਂ ਛੁਟਕੂ ਨੂੰ ਵੀ ਲੈਣ ਜਾਣਾ ਉਹਨੂੰ ਪ੍ਰੋਮਿਸ ਕੀਤਾ ਸੀ ਕਿ ਸਕੂਲੋਂ ਮੈਂ ਆਪ ਲੈਣ ਆਵਾਂਗੀ ਉਹਨੂੰ ਜੇ ਨਾ ਗਈ ਤਾਂ ਕੀ ਸੋਚੂਗੀ ਉਹ
ਉਹਨੂੰ ਤਾਂ ਪਹਿਲਾਂ ਹੀ ਲੱਗ ਰਿਹਾ ਕਿ ਮੈਂ ਉਹਨੂੰ ਇਗਨੋਰ ਕਰ ਰਹੀ ਹਾਂ। ਹਾਏ ਮੈਂ ਮਰ ਜਾ, ਇੱਥੇ ਕਿਉਂ ਸੋਈ ਪਈ ਹੈ? ਮਾਤਾ ਰਾਣੀ ਸੁੱਖ ਰੱਖੀ। ਹਾਏ ਮੈਂ ਮਰ ਜਾ, ਬਾਹਰ ਪਈ ਪਈ ਬਿਲਕੁਲ ਠੰਡੀ ਪੈ ਗਈ ਮੇਰੀ ਬੱਚੀ, ਠੰਡ ਵੀ ਤਾਂ ਪੈਣ ਲੱਗ ਪਈ। ਇਹਨੂੰ ਅੰਦਰ ਸਵਾ ਲਈ ਹੈ। ਤੈਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਹੈ ਨਾ, ਠੰਡ ਵਧਣ ਲੱਗ ਪਈ ਹੈ ਤੇ ਇੰਨੀ ਠੰਡ ਵਿੱਚ ਤੈਨੂੰ ਬਾਹਰ ਨਹੀਂ ਸੌਣਾ ਚਾਹੀਦਾ। ਜੇ ਬੁਖਾਰ ਹੋ ਜਾਂਦਾ ਫਿਰ? ਚੰਗਾ ਸੋਰੀ, ਲੈ ਕੰਨ ਵੀ ਫੜ ਲਏ ਮੈਂ ਆਪਣੇ। ਹੋਰ ਦੱਸ ਕੀ ਕਰਾਂ ਮੈਂ ਤੇਰੇ ਲਈ? ਪ੍ਰੋਮਿਸ ਕਰੋ ਤੁਸੀਂ ਅੱਗੇ ਤੋਂ ਮੈਨੂੰ ਕਦੇ ਇਕੱਲੇ ਨਹੀਂ ਛੱਡ ਕੇ ਜਾਓਗੇ? ਪੱਕਾ, ਕਦੇ ਵੀ ਨਹੀਂ ਛੱਡਦੇ। ਨਹੀਂ ਨਹੀਂ, ਇਸ ਵਾਰ ਮੈਂ ਆਪਣੀ ਬੱਚੀ ਨੂੰ ਇਹੋ ਜਿਹਾ ਕੁਝ ਵੀ ਨਹੀਂ ਸੋਚਣ ਦਿਆਂਗੀ। ਆਧੀ ਘੰਟੇ ਦੀ ਗੱਲ, ਲੈ ਆਵਾਂਗੀ ਮੈਂ ਇਹਨੂੰ ਸਕੂਲ 'ਚ। ਹੁਣ ਫਟਾਫਟ ਮੈਂ ਕੋਰਸ ਦੀ ਤਿਆਰੀ ਕਰਦੀ ਹਾਂ, ਬੜੇ ਕੰਮ ਨੇ। ਹਾਏ ਰੱਬਾ, ਇਹ ਤਾਂ ਬੱਚੀ ਉੱਠ ਗਈ, ਹੁਣ ਕੀ ਕਰਾਂ ਮੈਂ, ਕਿਵੇਂ ਕਰਾਂ ਸਾਰਾ ਕੰਮ? ਤੂੰ ਇੱਥੇ ਹੀ ਬੈਠ, ਮੈਂ ਡਾਕਟਰ ਨੂੰ ਵੇਖਦਾ, ਪੁੱਛ ਕੇ ਆਣਾ ਕਿ ਕਿੰਨਾ ਟਾਈਮ ਲੱਗੂਗਾ, ਮੈਨੂੰ ਕੰਮ ਤੇ ਵੀ ਜਾਣਾ। ਮੋਨਾ, ਮੋਨਾ ਕੀ ਹੋਇਆ, ਤੂੰ ਠੀਕ ਤਾਂ? ਮੋਨਾ ਹੋਸ਼ ਵਿਚਾਰ, ਜ਼ਰਾ ਉੱਠਣ ਦੀ ਕੋਸ਼ਿਸ਼ ਤਾਂ ਕਰ। ਮੋਨਾ, ਮੋਨਾ ਉੱਠਣ ਦੀ ਕੋਸ਼ਿਸ਼ ਕਰ, ਅਸੀਂ ਡਾਕਟਰ ਨੂੰ ਮਿਲ ਕੇ ਆਉਂਦੇ ਹਾਂ। ਆ ਜਾ ਉੱਠ ਮੋਨਾ, 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 ਮੋਨਾ ਆ ਲੈ, ਪੀ ਲੈ, ਪੀ ਲੈ। ਚਲੋ ਜੀ, ਵੈਰੀ ਗੁੱਡ, ਇਹ ਵੀ ਖਾ। ਚੰਗਾ ਲੱਗਿਆ ਵੇਖ ਕੇ ਕਰਨ ਜੀ ਕਿ ਅੱਜ ਵੀ ਤੁਸੀਂ ਮੇਰੀ ਇੰਨੀ ਕੇਅਰ ਕਰ ਰਹੇ ਹੋ। ਪਹਿਲਾਂ ਤਾਂ ਚਲੋ ਤੁਸੀਂ ਮੇਰਾ ਖਿਆਲ ਇਸ ਲਈ ਰੱਖ ਰਹੇ ਸੀ ਕਿਉਂਕਿ ਮੇਰੇ ਢਿੱਡ ਵਿੱਚ ਬੱਚਾ ਸੀ ਤੁਹਾਡਾ, ਪਰ ਹੁਣ ਤਾਂ ਮੈਂ ਉਹਨੂੰ ਵੀ ਜਾਣਦਾ। ਜੇ ਹੁਣ ਵੀ ਇੰਨਾ ਪਿਆਰ ਵਿਖਾ ਰਹੇ ਹੋ, ਮਤਲਬ ਕੁਛ ਤਾਂ ਹੈ ਤੁਹਾਡੇ ਦਿਲ ਵਿੱਚ ਮੇਰੇ ਲਈ। ਜਿਵੇਂ ਹੀ ਭਾਵਨੀ ਤੁਹਾਡੀ ਜ਼ਿੰਦਗੀ ਵਿੱਚੋਂ ਆਊਟ ਹੋਊਗੀ, ਮੈਂ ਇਨ ਹੋ ਜਾਣਾ। ਬੜੀ ਔਖੀ ਸੋਈ ਹੈ ਬੱਚੇ, ਹੁਣ ਮਾਤਾ ਰਾਣੀ ਕਰੇ 2-3 ਘੰਟੇ ਨਾ ਉੱਠੀ, ਮੈਂ ਕੰਮ ਕਰ ਲਵਾਂਗੀ। ਪਰ ਕਿੱਥੋਂ ਸ਼ੁਰੂ ਕਰਾਂ? ਕੰਮ ਕਰਦੀ ਹਾਂ, ਪ੍ਰਸ਼ਾਦ ਤੋਂ ਸ਼ੁਰੂ ਕਰਦੀ ਹਾਂ। ਮਾਨਾ ਕਰਦੇ ਵੀ ਬਹੁਤ ਸਾਰੇ ਲੋਕ ਹੋ ਜਾਣੇ ਨੇ, ਇਸੇ ਕੜਾਈ ਵਿੱਚ ਬਣਾਉਣਗੇ ਪ੍ਰਸ਼ਾਦ।
ਹਾਏ ਰੱਬਾ ਇਹ ਤਾਂ ਸਿਰਫ 15 ਮਿੰਟ ਰਹਿ ਗਏ ਛੁਟਕੋ ਦੀ ਛੁੱਟੀ ਨੂੰ ਕੀ ਕਰਾਂ ਮੈਂ ਹੁਣ ਨਿਕਲਾ ਤਾਂ ਕਿਵੇਂ ਨਿਕਲਾ ਸਿਮਰਨ ਦੀਦੀ ਵੀ ਨੂਰ ਦੇ ਸਕੂਲ ਵਿੱਚ ਗਏ ਹੋਏ ਨੇ ਉਹ ਵੀ ਸ਼ਾਮ ਨੂੰ ਹੀ ਆਉਣਗੇ ਭੂਆ ਜੀ ਵੀ ਕਹਿ ਕੇ ਗਈ ਸੀ ਕਿ ਸਮਾਨ ਲੈ ਕੇ ਉਹ ਛੇਤੀ ਆ ਜਾਣਗੇ ਉਹ ਵੀ ਹਲੇ ਤੱਕ ਨਹੀਂ ਆਏ ਕੀ ਕਰਾਂ ਮੈਂ ਬੱਚੇ ਨੂੰ ਕਿਸ ਦੇ ਹਵਾਲੇ ਕਰਕੇ ਜਾਵਾਂ ਮੈਂ ਨਾਲ ਵੀ ਲੈ ਕੇ ਨਹੀਂ ਜਾ ਸਕਦੀ ਧੁੱਪ ਬੜੀ ਤੇਜ਼ ਹੈ ਕਿਤੇ ਬਿਮਾਰ ਹੀ ਨਾ ਪੈ ਜਾਵੇ ਹੁਣ ਛੁਟਕੂ ਨੂੰ ਕਿਵੇਂ ਲੈ ਕੇ ਆਵਾਂ ਮੈਂ ਸਕੂਲ ਚੋਂ ਲਓ ਜੀ ਆ ਗਿਆ ਪਾਵਨੀ ਦਾ ਫੋਨ ਤੇ ਹੁਣ ਜਦ ਤੱਕ ਮੈਂ ਫੋਨ ਚੱਕਦੀ ਨਹੀਂ ਜਾਂ ਘਰ ਨਹੀਂ ਪਹੁੰਚਦੀ ਇਹਨੇ ਰਿੰਗਾ ਮਾਰਨੋਂ ਨਹੀਂ ਹਟਣਾ ਤੇ ਮੈਂ ਫੋਨ ਚੱਕਣਾ ਨਹੀਂ ਜਦ ਤੱਕ ਮੈਂ ਘਰ ਨਹੀਂ ਪਹੁੰਚਦੀ ਇਹ ਆਪਣੀ ਧੀ ਨੂੰ ਲੈਣ ਨਹੀਂ ਜਾ ਸਕਦੀ ਮਾਂ ਅਲੱਗ ਤੜਫੂ ਤੇ ਧੀ ਅਲੱਗ ਦੋਨੇ ਬਿਨਾਂ ਪਾਣੀ ਤੋਂ ਮੱਛੀ ਵਾਂਗ ਤੜਫਣਗੀਆਂ ਵਾਹ ਨਹੀਂ ਲੱਜ ਤੇਰੀ ਵੀ ਖੇਡ ਦਾ ਜਵਾਬ ਨਹੀਂ ਮੈਂ ਤਾਂ ਤੈਨੂੰ ਦੱਸਣਾ ਹੀ ਭੁੱਲ ਗਈ ਮੇਰੇ ਪਾਪਾ ਤੇ ਮੰਮੀ ਨੇ ਨਾ ਮੇਰੇ ਲਈ ਇੱਕ ਬਹੁਤ ਹੀ ਪਿਆਰਾ ਜਿਹਾ ਗਿਫਟ ਲੈ ਕੇ ਆਏ ਨੇ ਉਹ ਕੀ ਮੈਂ ਹੈ ਮੇਰੀ ਛੋਟੀ ਜਿਹੀ ਪਿਆਰੀ ਜਿਹੀ ਭੈਣ ਦੋ ਦਿਨ ਪਹਿਲਾਂ ਹੀ ਆਈ ਹੈ ਸਾਡੇ ਘਰ ਸੱਚੀ ਉਹ ਤਾਂ ਬੜੀ ਕਿਊਟ ਹੋਣੀ ਨਾ ਹਾਂ ਹਾਂ ਉਹ ਤਾਂ ਬੜੀ ਕਿਊਟ ਹੈ ਮੈਂ ਸਾਰਾ ਦਿਨ ਉਹਦੇ ਨਾਲ ਹੀ ਤਾਂ ਖੇਡਦੀ ਆ ਨਾਲੇ ਉਹਦੇ ਤਾਂ ਗੱਲ ਬੜੇ ਸੌਫਟ ਨੇ ਜਮਾ ਰੈਡ ਰੈਡ ਬਿਲਕੁਲ ਡੋਲ ਦੀ ਤਰ੍ਹਾਂ ਉਹ ਤਾਂ ਬਲਕਿ ਅਸਲੀ ਦੀ ਡੋਲ ਹੈ ਮੇਰਾ ਵੀ ਦਿਲ ਕਰ ਰਿਹਾ ਮੈਂ ਹੈ ਉਹਦੇ ਨਾਲ ਮਿਲਣ ਦਾ ਅਨੇ ਮਿਲਵਾਏਂਗੇ ਉਹਦੇ ਨਾਲ ਹਾਂ ਹਾਂ ਤੇ ਸੰਡੇ ਸਾਡੇ ਘਰ ਹੈ ਜੀ ਅਸੀਂ ਦੋਵੇਂ ਉਹਨਾਂ ਨਾਲ ਖੇਡਾਂਗੇ ਵੀ ਮੇਰੀ ਮਾਂ ਨਾ ਬੜਾ ਸਵਾਦ ਪਾਸਤਾ ਬਣਾਉਂਦੀ ਹੈ ਮੈਂ ਉਹਨਾਂ ਨੂੰ ਪਹਿਲੇ ਹੀ ਕਹਿ ਦੇਵਾਂਗੀ ਮਾਂ ਛੇਤੀ ਨਾਲ ਮੇਰੇ ਵਾਲ ਬਣਾ ਦਿਓ ਮੈਨੂੰ ਦੇਰ ਹੋ ਰਹੀ ਹੈ ਹਾਂ ਹਾਂ ਪੁੱਤ ਹੁਣੇ ਆਉਣੀ ਆ ਇੱਕ ਮਿੰਟ ਕਰਾ ਪੁੱਤਰ ਗੋਦੀ ਲਈ ਬਣਾਤਾ ਇਹਨਾਂ ਨੇ ਚੁੱਪ ਹੀ ਨਹੀਂ ਹੋਣਾ ਨਾ ਮੈਨੂੰ ਦੇਰ ਹੋ ਰਹੀ ਹੈ ਮੈਂ ਛੇਤੀ ਨਾਲ ਮੇਰੇ ਵਾਲ ਬਣਾ ਦੋ ਫਿਰ ਤਾਂ ਤੁਸੀਂ ਪੋਹਾ ਵੀ ਬਣਾਣਾ ਮੈਂ ਜਾਣਦੀ ਹਾਂ ਪੁੱਤਰ ਪਰ ਇਹ ਹਲੇ ਬੜੀ ਛੋਟੀ ਨਾ ਬੋਲ ਸਕਦੀ ਹੈ ਨਾ ਚੱਲ ਸਕਦੀ ਇਹਦਾ ਤਾਂ ਸਾਰਾ ਕੁਝ ਮੈਂ ਹੀ ਦੇਖਣਾ ਨਾ ਪੁੱਤੀ ਮੈਂ ਇਹਨੂੰ ਹਲੇ ਛੱਡ ਹੀ ਨਹੀਂ ਸਕਦੀ ਓਏ ਕੀ ਹੋਇਆ ਤੈਨੂੰ ਤੂੰ ਉਦਾਸ ਕਿਉਂ ਹੋ ਗਈ ਛੁਟਕੂ ਮੈਂ ਮਾਂ ਨੂੰ ਬੋਲਿਆ ਸੀ ਕਿ ਮੇਰੇ ਲਈ ਪੋਹਾ ਬਣਾ ਦੋ ਪਰ ਉਹਨਾਂ ਨੇ ਬਣਾਇਆ ਨਹੀਂ ਦੱਸ ਨਾ ਛੁਟਕੂ ਕੀ ਹੋਇਆ ਮਾਂ ਬੀਬੀ ਨੂੰ ਚੁੱਪ ਕਰਾਂ ਚ ਬੀਸੀ ਨੇ ਇਸ ਲਈ ਉਹਨਾਂ ਕੋਲ ਪੋਹਾ ਬਣਾਉਣ ਦਾ ਟਾਈਮ ਨਹੀਂ ਹੈ ਫਿਰ ਤੂੰ ਰਿਸੈਸ ਵਿੱਚ ਕੀ ਖਾਏਂਗੀ ਛੁਟਕੂ ਕੁਛ ਨਹੀਂ ਨੂਰ ਮੇਰਾ ਤਾਂ ਅੱਜ ਪੋਹਾ ਖਾਣ ਦਾ ਦਿਲ ਸੀ ਪਰ ਉਹ ਬਣਿਆ ਨਹੀਂ ਇਸ ਲਈ ਮੈਂ ਕੁਛ ਨਹੀਂ ਖਾਵਾਂਗੀ ਅਰੇ ਮੇਰੇ ਮੰਮਾ ਪਾਪਾ ਤਾਂ ਆ ਗਏ ਬੇਟਾ ਤੁਹਾਨੂੰ ਇਹ ਲੈਣ ਨਹੀਂ ਆਇਆ ਨਹੀਂ ਆਂਟੀ ਜੀ ਉਹ ਤਾਂ ਬਸ ਆਉਂਦੇ ਹੀ ਹੋਣੀ ਦੇਖ ਲਓ ਬੇਟਾ ਅਗਰ ਤੁਹਾਨੂੰ ਲੱਗਦਾ ਹੈ ਤੇ ਮੈਂ ਤੁਹਾਨੂੰ ਘਰ ਛੱਡ ਦਾਂ ਨਹੀਂ ਆਂਟੀ ਜੀ ਤੁਸੀਂ ਰਹਿਣ ਦਿਓ ਜੇ ਮਾਂ ਇੱਥੇ ਆ ਗਈ ਤੇ ਮੈਂ ਤੁਹਾਡੇ ਨਾਲ ਹੋਵਾਂ ਤੇ ਉਹਨਾਂ ਨੂੰ ਮੈਂ ਮਿਲਾਂ ਨਾ ਤੇ ਉਹਨਾਂ ਨੇ ਪਰੇਸ਼ਾਨ ਹੋ ਜਾਣਾ ਮੈਂ ਉਹਨਾਂ ਦੀ ਇੱਥੇ ਵੇਟ ਕਰ ਲਵਾਂਗੀ ਗਾਰਡ ਭਈਆ ਬੱਚੇ ਦਾ ਧਿਆਨ ਰੱਖਿਓ ਓਕੇ ਬੇਟਾ ਬਾਏ ਟੇਕ ਕੇਅਰ ਬਾਏ ਆਂਟੀ ਬਾਏ ਗੁਨੀ ਬਾਏ ਬਾਏ ਮਹਿ ਮੈਂ ਆਵਾਂਗੀ ਸੰਡੇ ਨੂੰ ਤੇਰੀ ਛੋਟੀ ਭੈਣ ਨੂੰ ਮਿਲਣ ਬਾਏ ਬਾਏ ਮੰਮੀ ਕਿੱਥੇ ਰਹਿ ਗਈ ਹੋ ਕੀ ਗਿਆ ਭੂਆ ਜੀ ਨੂੰ ਆ ਮੇਰਾ ਫੋਨ ਹੀ ਨਹੀਂ ਚੁੱਕ ਰਹੇ ਹੁਣ ਮੈਂ ਕੀ ਕਰਾਂ ਮੇਰੇ ਤਾਂ ਕੁਝ ਸਮਝ ਹੀ ਨਹੀਂ ਆ ਰਿਹਾ ਮਾਤਾ ਰਾਣੀ ਤੁਸੀਂ ਤਾਂ ਮੇਰੀ ਮੁਸੀਬਤ ਬਾਰੇ ਜਾਣਦੇ ਹੋ ਨਾ ਹੁਣ ਤੁਸੀਂ ਮੇਰੀ ਮਦਦ ਕਰੋ ਬਸ ਇੰਨਾ ਕਰ ਦਿਓ ਕਿ ਭੂਆ ਜੀ ਮੇਰਾ ਫੋਨ ਚੁੱਕ ਲੈਣ ਭੂਆ ਜੀ ਵੀ ਨਾ ਮੈਂ ਕਿਹਾ ਸੀ ਕਿ ਸਮਾਨ ਆਪੇ ਲੈ ਆਵਾਂਗੀ ਮੈਂ ਸਾਰਾ ਹੇ ਮਾਤਾ ਰਾਣੀ ਮੇਰੀ ਬੱਚੀ ਦੀ ਰੱਖਿਆ ਕਰ ਉਹ ਬੇਚਾਰੀ ਤਾਂ ਇੰਨੀ ਛੋਟੀ ਹੈ ਕਿ ਇਕੱਲੀ ਆ ਵੀ ਨਹੀਂ ਸਕਦੀ ਛੁੱਟੀ ਹੋਈ ਵੀ 10 ਮਿੰਟ ਹੋ ਗਏ ਨੇ ਪਤਾ ਨਹੀਂ ਕਿਹੜੇ ਹਾਲ ਵਿੱਚ ਹੋਣੀ ਭੂਆ ਜੀ ਛੇਤੀ ਆ ਜਾਓ ਮੇਰੀ ਬੱਚੀ ਬਾਰੇ ਤਾਂ ਸੋਚੋ ਸ਼ੁਕਰ ਹੈ ਮਾਤਾ ਰਾਣੀ ਦਾ ਹੈਲੋ ਭੂਆ ਜੀ ਕਿੱਥੇ ਰਹਿ ਗਏ ਹੋ ਤੁਸੀਂ ਪਲੀਜ਼ ਕਰੇ ਛੇਤੀ ਆ ਜਾਓ ਬੱਚੀ ਦੀ ਛੁੱਟੀ ਹੋ ਗਈ ਹੈ ਮੈਨੂੰ ਉਹਨੂੰ ਲੈਣ ਵੀ ਜਾਣਾ ਪਤਾ ਨਹੀਂ ਕੀ ਹਾਲਤ ਹੋ ਰਹੀ ਹੈ ਉਹਦੀ ਹੈਲੋ ਹੈਲੋ ਪਾਵਨੀ ਪੁੱਤ ਤੇਰੀ ਆਵਾਜ਼ ਨਹੀਂ ਆ ਰਹੀ ਪੁੱਤ ਮੈਨੂੰ ਹੈਲੋ ਹੈਲੋ ਆਵਾਜ਼ ਨਹੀਂ ਆ ਰਹੀ ਪਾਵਨੀ ਜਦ ਤੱਕ ਮੈਂ ਘਰ ਨਹੀਂ ਆਉਂਦੀ ਤੂੰ ਕਿਤੇ ਜਾਈ ਨਾ ਪੁੱਤ ਮੈਂ ਘਰੇ ਆ ਰਹੀ ਹਾਂ ਤੂੰ ਜਾਈ ਨਾ ਕਿਤੇ ਮੇਰੇ ਕੋਲੇ ਘਰ ਦੀਆਂ ਚਾਬੀਆਂ ਨਹੀਂ ਹੈਗੀਆਂ
मेरे वालों तो ठे खूह जाए चंगा मेरी जान छुटूगी तो। करा केड़ी मुश्किल फसाता मेरे माता रानी छुटकू कर लिए मेरा लैंड भी जाने ते बच्ची भी मेरे नाल है कोई कार भी नहीं आएगा जिस हवाले में करके जावा बच्ची तो फिर तो उठ गई करण जी का फोन बंद है ए हो की रहे किसी भी नाल गल हो क्यों नहीं रही है मेरी मेरी बच्ची ने उसे स्कूल में कल ही नहीं रह जाने पता नहीं की सोचती होनी केड़े हाल में छोड़नी हाँ मोरा तो करण जी नाल ही है ना उधर फोन तो चल रहा है उन्हें फोन लानी है रोक लिया फिर ओदी फिकर तू ना कर मैं गल कर लवांगा ਹੁਣ ਦਰਦ ਕਿਵੇਂ ਪਹਿਲਾਂ ਨਾਲੋਂ ਥੋੜਾ ਘੱਟ ਹੈ ਠੀਕ ਹੈ ਡਾਕਟਰਸ ਨੇ ਪੇਨ ਕਿਲਰਸ ਦਿੱਤੇ ਹੈ ਨਾ ਆਰਾਮ ਮਿਲ ਜਾਣਾ ਹਾਏ ਜਿਹੜਾ ਆਰਾਮ ਇਸ ਵੇਲੇ ਮੇਰੇ ਦਿਲ ਨੂੰ ਮਿਲ ਰਿਹਾ ਹੈ ਨਾ ਇਹ ਪਿਆਰ ਤੇ ਆਪਣਾਪਨ एते लई ता छोटे मोटे दर्द मैं रोज सह सकती हैं करण जी सच्ची बड़े केयरिंग हो तुसी जनाब पावनी नाल गल हुई की होया मोना ज्यादा दर्द हो रहा है हां जी करण जी मेनू लगता है स्टिचेस ना ज्यादा खिंचे गए ने मोना करदे काम करन ले किन्ने कैसे काम तू चंगी तरह जानदी है ना तू घर विच इसलिए रह रही है ताकि तू बच्चे नु दूध पिला सके ते अपना ध्यान रख सके आराम कर सके घर दे काम करने लई बथेरे ने हुन तू बस अपना ते बच्चे दा ध्यान रख तुसी ने ना करण जी पलां विच ही पराया कर दिंदे हो और इस दी वजह होर कोई नहीं हो पाप नहीं है कोई नहीं हो दिन भी दूर नहीं जदों उन्हें कर नहीं रहना फिर तुहाडा सारा ध्यान मेरे ते ही होना है क्योंकि बच्ची चाहे तुहाडी है चन्नी तो मेरी कुखों ही है ना प्लीज करण जी तुसी जाके वेखो ना डॉक्टर आगे राउंड चो मेनू ना सच्ची बहुत दर्द हो रहा है हुन हाँ हाँ मैं हुने जाके वेखदा अब करण जी मैं ना अपना फोन करे भुलाई हाँ मैं ना पावनी दीदी नू फोन करना सी बच्चे बारे पूछना सी हाँ ठीक है तू मेरा फोन ले ले फोन कर ले आ गया फोन एयरप्लेन मोड पे ना हुन पावनी दा फोन आऊगा ते ना करण जी दा ध्यान मेरे तो हटू
बस एवं ही मैं मिठे मिठे जे शौक देंदे जाने ने पावनी नूं जिन्नियां हिना विच दूरियां होणगियां ओनियां ही मेरे ते करन विचकार नज़दीकियां वधनगियां। वैसे भी तेरे वर्गी देसी कुड़ी करन खुराना वर्गे डैशिंग मुंडे नाल नहीं जचदी। चंगा होगा अपने वर्गा ही कोई देसी जा मुंडा लभ लें।